ਤੁਹਾਡੀ ਇਸ ਸਿਸਟਮ ਬਾਰੇ ਕੀ ਰਾਇ ਹੈ ਮੈਨੂੰ ਕਮੈਂਟ ਕਰਕੇ ਦੱਸਣਾ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਇਸ ਨੂੰ ਸ਼ੇਅਰ ਕਰੋ ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਤੁਹਾਡੇ ਟਰੈਫਿਕ ਪੁਲਿਸ ਬਾਰੇ ਜਾਂ ਉਹਦੇ ਟਰੈਫਿਕ ਬਾਰੇ ਕੀ ਵਿਚਾਰ ਨੇ, ਕਿਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ, ਇਹ ਸਾਰਾ ਤੁਸੀਂ ਪਲੀਜ਼ ਦੱਸਣ ਦੀ ਕੋਸ਼ਿਸ਼ ਕਰੋ। ਬਹੁਤ ਬਹੁਤ ਸ਼ੁਕਰੀਆ। ਔਰ ਕਿੱਥੋਂ ਲਿਖ ਰਹੇ ਹੋ ਤੁਸੀਂ, ਇਹ ਵੀ ਲਿਖ। ਮੈਂ ਤੁਹਾਡਾ ਆਪਣਾ ਡਾਕਟਰ ਰਾਮ ਸਿੰਘ ਢਿੱਲੋਂ। ਇਸ ਵੇਲੇ ਮੈਂ ਦਲੇੜੀ ਚੌਂਕ ਖੰਨਾ ਖੜ੍ਹਾਂ ਅਤੇ ਟਰੈਫਿਕ ਲਗਭਗ ਆਪ ਮੁਹਾਰੀ ਹੀ ਚੱਲ ਰਹੀ ਹੈ। ਕੋਈ ਆਪਣੀ ਮਰਜ਼ੀ ਨਾਲ ਜਿੱਧਰ ਮਰਜ਼ੀ ਜਾ ਰਿਹਾ, ਜਿੱਧਰ ਮਰਜ਼ੀ ਆ ਰਿਹਾ। ਵੈਸੇ ਤਾਂ ਸਾਡੇ ਪੰਜਾਬੀਆਂ ਦਾ ਟ੍ਰੈਂਡ ਹੀ ਇਹ ਹੈ, ਪਰ ਫਿਰ ਵੀ ਜੋ ਟਰੈਫਿਕ ਹੈ ਉਹਨੂੰ ਕੰਟਰੋਲ ਕਰਨ ਦਾ ਬਹੁਤ ਸ਼ਾਨਦਾਰ ਸਿਸਟਮ ਚਾਹੀਦਾ, ਜੋ ਕਿ ਹਾਲੇ ਬਣਿਆ ਨਹੀਂ ਹੈ। ਅਤੇ ਤੁਸੀਂ ਖੁਦ ਹੀ ਦੇਖ ਲਓ ਕਿ ਕਿਵੇਂ ਆਪਣੀ ਮਰਜ਼ੀ ਨਾਲ ਕੋਈ ਜਿੱਧਰ ਮਰਜ਼ੀ ਜਾ ਰਿਹਾ, ਜਿੱਧਰ ਮਰਜ਼ੀ ਆ ਰਿਹਾ। ਕਾਰਾਂ ਆਪਣੀ ਮਰਜ਼ੀ ਨਾਲ ਅੰਦਰ ਵੜ ਰਹੀਆਂ ਨੇ, ਮਰਜ਼ੀਆਂ ਅੱਗੇ ਪਿੱਛੇ ਜਾ ਰਹੀਆਂ ਨੇ। ਅਤੇ ਕੋਈ ਸਿਸਟਮ ਨਹੀਂ ਹੈ, ਕੋਈ ਨਹੀਂ। ਇਸ ਵੇਲੇ ਤੁਸੀਂ ਖੰਨਾ ਦੀ ਟਰੈਫਿਕ ਦੇਖ ਰਹੇ ਹੋ। ਖੰਨਾ ਦਲੇੜੀ ਚੌਂਕ ਦਾ ਨਜ਼ਾਰਾ ਇਹਦੇ ਵਿੱਚ ਸਭ ਆਪਣੀ ਆਪਣੀ ਮਰਜ਼ੀ ਚਲਦੀ ਹੈ। ਇਹ ਨਾਲ ਇਹ ਮਜ਼ਦੂਰ ਚੌਂਕ ਹੈ, ਵਿੱਚੇ ਮਜ਼ਦੂਰ ਖੜ੍ਹੇ ਨੇ, ਚੌਂਕ ਦੇ ਵਿੱਚੇ ਮਜ਼ਦੂਰ ਖੜ੍ਹੇ ਨੇ। ਅਤੇ ਇੱਧਰ ਵੀ ਗੱਡੀਆਂ ਖੜ੍ਹਾਈਆਂ ਹੋਈਆਂ ਨੇ ਬਹੁਤ ਸਾਰੀਆਂ, ਅਤੇ ਇੱਧਰ ਵੀ ਉਹ ਅਤੇ ਪਰਲੇ ਪਾਸੇ ਵੀ ਉਹਦੇ ਗੱਡੀਆਂ ਖੜ੍ਹੀਆਂ ਨੇ। ਦੇਖੋ ਹੁਣ ਆਪਣੇ ਆਪ ਹੀ ਰੁਕ ਗਿਆ ਅਤੇ ਆਪਣੇ ਆਪ ਹੀ ਚੱਲ ਪਈ ਹੈ, ਅਤੇ ਆਪਣੇ ਆਪ ਹੀ ਗੱਡੀਆਂ ਲੈ ਆਏ ਨੇ। ਅਤੇ ਆਪਣੇ ਆਪ ਇਸ ਤਰ੍ਹਾਂ ਹਾਦਸੇ ਵਾਪਰਨ ਦਾ ਡਰ ਰਹਿੰਦਾ। ਸੋ ਇਹ ਹੈ ਖੰਨਾ ਪੁਲਿਸ ਦਾ ਸਿਸਟਮ, ਖੰਨਾ ਸਿਸਟਮ ਦਾ ਕੰਟਰੋਲ ਜੋ ਤੁਸੀਂ ਦੇਖ ਰਹੇ ਹੋ।